ਮੋਦੀ ਸਰਕਾਰ ਵੱਲੋਂ 26 ਜਨਵਰੀ ਨੂੰ ਗਣਤੰਤਰ ਦਿਹਾੜੇ ਦੀ ਪਰੇਡ ਦੇ ਵਿੱਚੋਂ ਕੱਢੀ ਗਈ ਪੰਜਾਬ ਦੀ ਝਾਕੀ ਨੂੰ ਲੈ ਕੇ ਮਾਨ ਸਰਕਾਰ ਨੇ ਹੁਣ ਇੱਕ ਨਵਾਂ ਫੈਸਲਾ ਲਿਆ ਹੈ ਕੀ ਸੈਂਟਰ ਸਰਕਾਰ ਵੱਲੋਂ ਰੱਦ ਕੀਤੀ ਗਈ ਪੰਜਾਬ ਦੀ ਇਸ ਝਾਕੀ ਨੂੰ ਪੰਜਾਬ ਦੇ ਹਰ ਗਲੀ ਮੁਹੱਲੇ ਵਿੱਚੋਂ ਕੱਢਿਆ ਜਾਊਗਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ 26 ਜਨਵਰੀ ਤੋਂ ਕੇਂਦਰੀ ਵਿਤਕਰੇ ਦੀ ਮੂੰਹ ਬੋਲਦੀ ਤਸਵੀਰ ਸੂਬੇ ਦੇ ਲੋਕਾਂ ਦੇ ਸਾਹਮਣੇ ਰੱਖੀ ਜਾਵੇਗੀ ਪਹਿਲੇ ਪੜਾਚ 9 ਝਾਕੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਤੇ 26 ਜਨਵਰੀ ਤੋਂ ਬਾਅਦ ਇਹਨਾਂ ਦੀ ਗਿਣਤੀ ਵਿੱਚ ਲਗਾਤਾਰ ਇਜ਼ਾਫਾ ਹੋਵੇਗਾ ਪਤਾ ਲੱਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਾਕਈ ਦਾ ਟਰੈਕਟਰ ਤਿਆਰ ਕੀਤੇ ਨੇ ਜਿਨ੍ਹਾਂ ਤੇ ਚਾਕੀ ਨੂੰ ਸਜਾਇਆ ਜਾਊਗਾ ਪੰਜਾਬ ਦੇ ਹਰੇਕ ਵਿਧਾਨ ਸਭਾ ਹਲਕੇ ਦੇ ਹਰੇਕ ਪਿੰਡ ਤੱਕ ਇਹ ਚਾਕੀ ਲਿਜਾਈ ਜਾਊਗੀ ਇੱਕ ਅਧਿਕਾਰੀ ਨੇ ਦੱਸਿਆ ਕਿ ਚਾਕੀ ਪਿੰਡਾਂ ਵਿੱਚ ਲਿਜਾਣ ਦਾ ਇੱਕੋ ਇੱਕ ਮਕਸਦ ਹੈ ਕਿ ਪੰਜਾਬੀਆਂ ਨੂੰ ਦੱਸਿਆ ਜਾ ਸਕੇ ਕਿ ਕੇਂਦਰ ਸਰਕਾਰ ਨੇ ਆਜ਼ਾਦੀ ਦੀ ਜੰਗ ਵਿੱਚ ਜਾਨਾਂ ਵਾਰਨ ਵਾਲਿਆਂ ਨੂੰ ਸ਼ਹੀਦ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਸਰਕਾਰ ਨਾਲੋਂ ਨਾਲ ਆਡੀਓ ਵੀ ਤਿਆਰ ਕਰ ਰਹੀ ਹੈ ਜਿਸ ਰਾਹੀਂ ਬੋਲ ਕੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਊਗੀ ਹਰੇਕ ਪਿੰਡ ਦੇ ਵਿੱਚ ਇੱਕ ਝਾਕੀ 10 ਤੋਂ ਲੈ ਕੇ 15 ਮਿੰਟ ਤੱਕ ਰੁਕੇਗੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਇੱਕ ਝਾਕੀ ਨੂੰ ਦਿੱਲੀ ਦੇ ਪੰਜਾਬ ਪਵਨ ਦੇ ਵਿੱਚ ਵਿ ਰੱਖਿਆ ਜਾਊਗਾ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਇਸ ਝਾਕੀ ਨੂੰ ਪੰਜਾਬੀ ਇਲਾਕਿਆਂ ਵਿੱਚ ਚਲ ਜਾਣ ਦੀ ਖੁੱਲ ਵੀ ਹੋਊਗੀ ਦਰਅਸਲ ਲੰਘੇ ਸਾਲ 27 ਦਸੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖਾਸ ਪ੍ਰੈਸ ਕਾਨਫਰੰਸ ਬੁਲਾ ਕੇ ਜਾਣਕਾਰੀ ਦਿੱਤੀ ਸੀ ਕਿ ਐਤਕੀ ਵੀ ਗਣਤੰਤਰ ਦਿਹਾੜੇ ਦੀ ਪਰੇਡ ਵਿੱਚੋਂ ਪੰਜਾਬ ਸਰਕਾਰ ਦੇ ਵੱਲੋਂ ਭੇਜੀਆਂ ਗਈਆਂ ਤਿੰਨੇ ਚਾਕੀਆਂ ਨੂੰ ਭਾਰਤ ਸਰਕਾਰ ਨੇ ਰੱਦ ਕਰ ਦਿੱਤਾ ਹੈ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਸ਼ਹੀਦਾਂ ਦੀਆਂ ਹੀ ਚਾਕੀਆਂ ਸਨ ਇੱਕ ਚਾਕੀ ਪੰਜਾਬ ਸ਼ਹੀਦਾਂ ਤੇ ਕੁਰਬਾਨੀਆਂ ਦੀ ਗਾਥਾ ਸੀ ਦੂਸਰੀ ਨਾਰੀ ਸ਼ਕਤੀ ਤੇ ਸੀ ਮਾਈ ਭਾਗੋ ਜੋ ਕਿ ਪਹਿਲੀ ਮਹਾਨ ਸਿੱਖ ਜੰਗਜੂ ਇਸਤਰੀ ਸਨ ਉਹਨਾਂ ਤੇ ਆਧਾਰਿਤ ਸੀ ਤੀਸਰੀ ਚਾਕੀ ਪੰਜਾਬ ਦੇ ਅਮੀਰ ਸੱਭਿਆਚਾਰ ਦੀ ਪੇਸ਼ਕਾਰੀ ਨੂੰ ਦਰਸਾਉਂਦੀ ਸੀ ਪਰ ਕਹਿੰਦੇ ਜਿਹੜੀ ਕਮੇਟੀ ਸੀਗੀ ਚਾਕੀਆਂ ਨੂੰ ਪ੍ਰਵਾਨ ਕਰਨ ਦੇ ਲਈ ਬਣਾਈ ਹੁੰਦੀ ਹੈ ਚਾਕੀਆਂ ਤੇ ਫੈਸਲਾ ਕਰਨ ਲਈ ਉਸ ਨੇ ਸਾਰੀਆਂ ਹੀ ਝਾਕੀਆਂ ਦੇ ਡਿਜ਼ਾਈਨ ਨੂੰ ਰੱਦ ਕਰ ਦਿੱਤਾ ਤੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੈਂਟਰ ਸਰਕਾਰ ਤੇ ਵਿਤਕਰੇ ਦਾ ਇਲਜ਼ਾਮ ਲਾਇਆ ਤਾਂ ਪੰਜਾਬ বিজেপি ਦੇ ਪ੍ਰਧਾਨ ਸੁਨੀਲ ਜਾਖੜ ਨੇ ਮੋੜਵਾ ਜਵਾਬ ਦਿੰਦਿਆਂ ਇਹ ਕਿਹਾ ਸੀ ਕਿ ਝਾਕੀ ਨੂੰ ਇਸ ਕਰਕੇ ਰੱਦ ਕੀਤਾ ਗਿਆ ਕਿਉਂਕਿ ਇਹਨਾਂ ਨੇ ਝਾਕੀ ਦੇ ਡਿਜ਼ਾਈਨ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਤਸਵੀਰਾਂ ਲਾ ਦਿੱਤੀਆਂ ਸੀ ਸੁਨੀਲ ਜਾਖੜ ਦੇ ਇਸ ਦਾਅਵੇ ਨੂੰ ਆਮ ਆਦਮੀ ਪਾਰਟੀ ਨੇ ਮੁੱਢੋਂ ਖਾਰਜ ਕਰ ਦਿੱਤਾ ਸੀ ਤੇ ਫਿਰ ਜਦੋਂ ਗ੍ਰਾਮ ਮੰਤਰਾਲੇ ਦੇ ਵੱਲੋਂ ਇਸ ਸੰਬੰਧੀ ਸਪਸ਼ਟੀਕਰਨ ਜਾਰੀ ਕੀਤਾ ਗਿਆ ਤਾਂ ਉਹਦੇ ਵਿੱਚ ਵੀ ਕਿਤੇ ਸਾਹਮਣੇ ਨਹੀਂ ਆਇਆ ਕਿ ਸੀਐਮ ਮਾਨਤ ਸੀਐਮ ਕੇਜਰੀਵਾਲ ਦੀਆਂ ਤਸਵੀਰਾਂ ਲੱਗੀਆਂ ਹੁਣ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਹਿੱਕ ਥਾਪੜਦਿਆਂ ਕਿਹਾ ਸੀ ਕਿ ਸੁਨੀਲ ਜਾਖੜ ਦਾ ਝੂਠ ਨੰਗਾ ਹੋ ਗਿਆ ਹੈ ਸੂਤਰੇ ਵੀ ਦੱਸਦੇ ਨੇ ਕਿ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਵੀ ਪੰਜਾਬ ਦੀਆਂ ਇਹਨਾਂ ਰੱਦ ਕੀਤੀਆਂ ਝਾਕੀਆਂ ਨੂੰ ਰੋਡ ਸ਼ੋਅ ਦਾ ਹਿੱਸਾ ਬਣਾਇਆ ਜਾਊਗਾ ਹਰ ਜ਼ਿਲ੍ਹੇ ਦੇ ਵਿੱਚ ਡੀਸੀ ਤੇ ਹਲਕਾ ਵਿਧਾਇਕ ਦੀ ਸਲਾਹ ਨਾਲ ਪਿੰਡਾਂ ਤੇ ਸ਼ਹਿਰਾਂ ਵਿੱਚ ਝਾਕੀ ਲੈ ਜਾਣ ਦਾ ਰੂਟ ਪਲਾਨ ਤਿਆਰ ਕੀਤਾ ਜਾਊਗਾ ਜਦ ਕਿ ਸਿਆਸੀ ਹਲਕੇ ਕਹਿ ਰਹੇ ਨੇ ਸਿਆਸੀ ਮਾਹਿਰ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਇਸ ਚਾਕੇ ਨੂੰ ਰੱਦ ਕੀਤੇ ਜਾਣ ਦਾ ਸਿਆਸੀ ਲਾਹਾ ਚੋਣਾਂ ਵਿੱਚ ਖਟਨਾ ਚਾਹੁੰਦੀ ਹੈ ਪੰਜਾਬ ਪੁਲਿਸ ਨੇ ਪੂਰੇ ਸੂਬੇ ਦੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਕੱਲ ਸੂਬਾ ਪੱਧਰੀ ਤਲਾਸ਼ੀ ਮੁਹਿੰਮ ਚਲਾਈ ਇਸ ਦੌਰਾਨ ਪੰਜਾਬ ਪੁਲਿਸ ਦੀਆਂ 600 ਤੋਂ ਵੱਧ ਟੀਮਾਂ ਨੇ ਤੜਕੇ 8 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਹਰੇਕ ਜ਼ਿਲ੍ਹੇ ਦੇ ਵਿੱਚ ਚੈਕਿੰਗ ਕੀਤੀ ਤੇ 268 ਡਰੱਗ ਹੌਟਸਪੌਟ ਇਲਾਕਿਆਂ ਦੀ ਘੇਰਾਬੰਦੀ ਕੀਤੀ 5505 ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਲਈ ਇਸ ਆਪਰੇਸ਼ਨ ਦੌਰਾਨ 202 ਕੇਸ ਪੁਲਿਸ ਨੇ ਦਰਜ ਕੀਤੇ ਨੇ 48 ਜਣਿਆਂ ਨੂੰ ਗ੍ਰਿਫਤਾਰ ਕੀਤਾ 21 ਭਗੌੜਿਆਂ ਨੂੰ ਵੀ ਹਿਰਾਸਤ ਵਿੱਚ ਲਿਆ ਹੈ ਇਹ ਜਾਣਕਾਰੀ ਵਿਸ਼ੇਸ਼ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦਿੱਤੀ ਹੈ ਉਹਨਾਂ ਕਿਹਾ ਕਿ ਪੰਜਾਬ ਪੁਲਿਸ ਦੇ ਵੱਲੋਂ ਪੂਰੇ ਸੂਬੇ 'ਚ ਨਸ਼ਾ ਤਸਕਰਾਮ ਵਿਰੁੱਧ ਚਲਾਏ ਗਏ ਸਰਚ ਆਪਰੇਸ਼ਨ ਦੌਰਾਨ ਇੱਕ 1 ਕਿਲੋ ਤੋਂ ਵੱਧ ਹੈਰੋਇਨ 6 ਲੱਖ 80 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ 1 ਕਿਲੋ ਤੋਂ ਵੱਧ ਅਫੀਮ 87 ਕਿਲੋ ਤੋਂ ਵੱਧ ਭੁੱਕੀ 10125 ਨਸ਼ੀਲੀਆਂ ਗੋਲੀਆਂ 18 ਟੀਕੇ 885 ਲੀਟਰ ਨਜਾਇਜ਼ ਸ਼ਰਾਬ ਤੇ 12350 ਲੀਟਰ ਲਾਹਣ 16 ਮੋਟਰਸਾਈਕਲ ਤੇ ਇੱਕ ਕਾਰ ਵੀ ਜ਼ਬਤ ਕੀਤੀ ਗਈ ਹੈ ਡੀਜੀਪੀ ਅਰਪਤ ਸ਼ੁਕਲਾ ਵੀ ਸੜਕਾਂ ਤੇ ਉਤਰੇ ਹੋਏ ਸਨ ਉਹਨਾਂ ਨੇ ਫਤਿਹਗੜ੍ਹ ਸਾਹਿਬ ਦੇ ਵਿੱਚ ਐਸਐਸਪੀ ਰਵਜੋਤ ਕੌਰ ਗਰੇਵਾਲ ਨਾਲ ਆਪਰੇਸ਼ਨ ਦੀ ਅਗਵਾਈ ਕੀਤੀ ਪੰਜਾਬ ਰਾਜ ਵਿੱਚ ਡਰੱਗ ਸਮਗਲਰਸ ਔਰ ਡਰੱਗ ਟ੍ਰੈਫਿਕਰਸ ਦੇ ਉੱਤੇ ਸ਼ਿਕੰਜਾ ਕਸਨ ਲਈ ਅੱਜ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਪੰਜਾਬ ਦੇ ਸਾਰੇ ਤਿੰਨ ਕਮਿਸ਼ਨਰੇਟਸ ਔਰ 25 ਜ਼ਿਲ੍ਹਿਆਂ ਦੇ ਵਿੱਚ ਇੱਕ ਕੋਆਰਡਨ ਐਂਡ ਸਰਚ ਆਪਰੇਸ਼ਨ ਸ਼ੁਰੂ ਕੀਤਾ ਹੈ ਜੋ ਜਾਰੀ ਹੈ ਇਸ ਆਪਰੇਸ਼ਨ ਦੇ ਤਹਿਤ ਜਿਹੜੇ ਸਾਡੇ ਸੰਵੇਦਨਸ਼ੀਲ ਇਲਾਕੇ ਹਨ ਜਿੱਥੇ ਡਰੱਗਸ ਦਾ ਕਾਰੋਬਾਰ ਚੱਲਦਾ ਹੈ ਉਹਨਾਂ ਦੇ ਉੱਤੇ ਕੋਆਰਡਨ ਕਰਕੇ ਔਰ ਜਿਹੜੇ ਸ਼ੱਕੀ ਵਿਅਕਤੀ ਹਨ ਉਹਨਾਂ ਦੀ ਸਰਚ ਔਰ ਤਲਾਸ਼ੀ ਅਭਿਆਨ ਜਾਰੀ ਹੈ ਇਸ ਆਪਰੇਸ਼ਨ ਨੂੰ ਜ਼ਿਲ੍ਹਿਆਂ ਦੇ ਕਮਿਸ਼ਨਰਸ ਔਰ ਐਸਐਸਪੀ ਸੁਪਰਵਾਈਜ਼ ਕਰ ਰਹੇ ਹਨ ਔਰ ਇਸ ਨੂੰ ਚੰਗੀ ਤਰ੍ਹਾਂ ਇੰਪਲੀਮੈਂਟ ਕਰਨ ਲਈ ਚੰਡੀਗੜ੍ਹ ਤੋਂ ਸੀਨੀਅਰ ਅਧਿਕਾਰੀਆਂ ਨੂੰ ਵੀ ਫੀਲਡ ਦੇ ਵਿੱਚ ਭੇਜਿਆ ਗਿਆ ਹੈ ਸਾਨੂੰ ਉਮੀਦ ਹੈ ਇਸ ਤਰ੍ਹਾਂ ਦੇ ਆਪਰੇਸ਼ਨਸ ਨਾਲ ਸਾਡੇ ਡਰੱਗ ਪੈਡਲਿੰਗ ਔਰ ਜਿਹੜਾ ਡਰੱਗ ਸਮਗਲਿੰਗ ਹੈ ਉਸ ਦੇ ਖਿਲਾਫ ਇੱਕ ਬਹੁਤ ਵੱਡੀ ਕਾਮਯਾਬੀ ਮਿਲੇਗੀ ਪੰਜਾਬ ਦੇ ਪੁਲਹੱਤ ਤੋਂ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਜਾਨ ਨੂੰ ਗੰਭੀਰ ਖਤਰਾ ਹੈ ਇਕ ਖਦਸ਼ਾ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰਾਂ ਨੇ ਜਤਾਇਆ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਡੀਜੀਪੀ ਨੂੰ ਅਪੀਲ ਕੀਤੀ ਹੈ ਕਿ ਜੇਲ੍ਹ ਦੇ ਵਿੱਚ ਖੈਰਾ ਦੀ ਸੁਰੱਖਿਆ ਨੂੰ ਲੈ ਕੇ ਸਪਸ਼ਟੀਕਰਨ ਦਿੱਤਾ ਜਾਵੇ ਕਿਉਂਕਿ ਉਹਨਾਂ ਨੂੰ ਪਤਾ ਲੱਗਿਆ ਹੈ ਕਿ 1 ਮਹੀਨਾ ਪਹਿਲਾਂ ਗੈਂਗਸਟਰ ਲਖਵੀਰ ਲੰਡਾ ਦੇ ਵੱਲੋਂ ਸੁਖਪਾਲ ਖੈਰਾ ਨੂੰ ਧਮਕੀ ਦਿੱਤੀ ਗਈ ਸੀ ਤੇ ਜੇਲ੍ਹ ਦੇ ਵਿੱਚ ਖੈਰਾ ਦੀ ਜਾਨ ਨੂੰ ਖਤਰਾ ਹੈ ਖੇਰਾ ਦੇ ਪਰਿਵਾਰ ਨੇ ਵੀ ਟਵੀਟ ਕਰਕੇ ਕਿਹਾ ਕਿ ਉਹਨਾਂ ਦੇ ਪਰਿਵਾਰ ਨੂੰ ਸਹੀ ਸੂਚਨਾ ਅਤੇ ਸੁਰੱਖਿਆ ਦਿੱਤੀ ਜਾਵੇ ਬਾਜਵਾ ਨੇ ਕਿਹਾ ਕਿ ਸਾਨੂੰ ਪਤਾ ਲੱਗਿਆ ਕਿ ਇੰਟੈਲੀਜੈਂਸ ਏ ਡੀ ਜੀ ਪੀ ਨੂੰ 1 ਮਹੀਨਾ ਪਹਿਲਾਂ ਹੀ ਇਸ ਧਮਕੀ ਦੀ ਜਾਣਕਾਰੀ ਮਿਲ ਗਈ ਸੀ ਪਰ ਇਸ ਦੇ ਬਾਵਜੂਦ ਵੀ ਪੰਜਾਬ ਪੁਲਿਸ ਨੇ ਕੋਈ ਐਕਸ਼ਨ ਕਿਉਂ ਨਹੀਂ ਲਿਆ ਕਹਿੰਦੇ ਜੇ ਕਿਸੇ ਵੀ ਤਰੀਕੇ ਦੇ ਨਾਲ ਖੈਰਾ ਜਾ ਉਹਨਾਂ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਉਸ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਡੀਜੀਪੀ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਣਗੇ ਕੈਨੇਡਾ ਦੇ ਬ੍ਰੈਮਟਨ ਦੇ ਵਿੱਚ ਅਲਗੋਮਾ ਯੂਨੀਵਰਸਿਟੀ ਪ੍ਰਸ਼ਾਸਨ ਦੇ ਧੱਕੇ ਖਿਲਾਫ ਪੰਜਾਬੀ ਵਿਦਿਆਰਥੀ ਲਗਾਤਾਰ ਪੱਕੇ ਮੋਰਚੇ ਤੇ ਡਟੇ ਹੋਏ ਨੇ ਦਿਨ ਰਾਤ ਦਾ ਪੱਕਾ ਮੋਰਚਾ ਅੱਜ 6ਵੇਂ ਦਿਨ ਦੇ ਵਿੱਚ ਪਹੁੰਚ ਗਿਆ ਤੇ ਕੱਲ 5ਵੇਂ ਦਿਨ ਵਿਦਿਆਰਥੀ ਬ੍ਰੈਮਟਨ ਦੀਆਂ ਸੜਕਾਂ ਤੇ ਉਤਰੇ ਸਥਾਨਕ ਲੋਕਾਂ ਨੇ ਵੀ ਵਿਦਿਆਰਥੀਆਂ ਦੇ ਸੰਘਰਸ਼ ਦਾ ਸਾਥ ਦਿੱਤਾ ਮਾਰਚ ਤੋਂ ਪਹਿਲਾਂ ਉਹਨਾਂ ਨੇ ਯੂਨੀਵਰਸਿਟੀ ਕੈਂਪਸ ਦੇ ਬਾਹਰ ਰੈਲੀ ਵੀ ਕੀਤੀ ਅਤੇ ਦੱਸਿਆ ਕਿ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਤੇ ਕੈਨੇਡਾ ਦੇ ਸਾਰੇ ਸੰਸਦ ਮੈਂਬਰਾਂ ਨੂੰ ਵੀ ਈਮੇਲ ਰਾਹੀਂ ਮੰਗ ਪੱਤਰ ਭੇਜੇ ਗਏ ਨੇ ਤੇ ਇਨਸਾਫ ਦੀ ਮੰਗ ਕੀਤੀ ਗਈ ਹੈ। ਵਿਦਿਆਰਥੀਆਂ ਦਾ ਇਲਜ਼ਾਮ ਹੈ ਕਿ ਉਹਨਾਂ ਨੂੰ ਇੱਕ ਵਿਸ਼ੇ ਦੇ ਇੱਕ ਹੀ ਪ੍ਰੋਫੈਸਰ ਦੇ ਵੱਲੋਂ ਸਾਜ਼ਿਸ਼ੀ ਤਰੀਕੇ ਦੇ ਨਾਲ ਫੇਲ ਕਰ ਦਿੱਤਾ ਗਿਆ ਪੂਰੇ 130 ਵਿਦਿਆਰਥੀਆਂ ਨੂੰ ਫੇਲ ਕੀਤਾ ਗਿਆ ਹੈ। ਵਿਦਿਆਰਥੀਆਂ ਦਾ ਸਭ ਤੋਂ ਪਹਿਲਾ ਸਵਾਲ ਹੈ ਕਿ ਜਿਸ ਵਿਸ਼ੇ ਦੇ ਪ੍ਰੈਕਟੀਕਲ ਦੇ ਵਿੱਚ ਉਹ ਸਾਰੇ ਪਾਸ ਹੋਏ ਨੇ ਉਸ ਵਿਸ਼ੇ ਦੀ ਥਿਊਰੀ ਵਾਲੇ ਪੇਪਰ ਦੇ ਵਿੱਚੋਂ ਉਹ ਫੇਲ ਕਿਵੇਂ ਹੋ ਸਕਦੇ ਨੇ ਉਹਨਾਂ ਦਾ ਇਲਜ਼ਾਮ ਹੈ ਕਿ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਵਿਦੇਸ਼ੀ ਵਿਦਿਆਰਥੀਆਂ ਨੂੰ ਲੁੱਟਣ ਖਾਤਰ ਵਾਰੀ-ਵਾਰੀ ਇੱਕ ਵਿਸ਼ੇ ਦੇ ਵਿੱਚ ਉਹ ਫੇਲ ਕੀਤਾ ਜਾ ਰਿਹਾ ਹੈ ਤਾਂ ਕਿ ਵਿਦਿਆਰਥੀ ਰੀ-ਐਵੈਲੂਏਸ਼ਨ ਫੀਸ ਨਾ ਹੀ ਯੂਨੀਵਰਸਿਟੀ ਦਾ ਟਿੱਡ ਭਰਦੇ ਰਹਿਣ ਪੰਜਾਬ ਦੇ ਆਮ ਲੋਕਾਂ ਦੇ ਨਾਲ ਤੇ ਕਿਸਾਨਾਂ ਦੇ ਨਾਲ ਜੁੜੀ ਇੱਕ ਅਹਿਮ ਖਬਰ ਤੁਹਾਨੂੰ ਦੱਸ ਦਿੰਨੇ ਆ ਕਿ ਪੰਜਾਬ ਮੰਡੀ ਬੋਰਡ ਨੇ ਆਮ ਲੋਕਾਂ ਦੀ ਸਹੂਲਤ ਲਈ ਚੰਡੀਗੜ੍ਹ ਦੇ ਸੈਕਟਰ 35 ਸਥਿਤ ਕਿਸਾਨ ਪਵਨ ਅਤੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਕਿਸਾਨ ਹਵੇਲੀ ਦੀ ਆਨਲਾਈਨ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਜੰਤ ਸਿੰਘ ਬਰਸਟ ਨੇ ਕਿਸਾਨ ਪਵਨ ਚੰਡੀਗੜ੍ਹ ਦੇ ਵਿੱਚ ਵੈੱਬਸਾਈਟ ਲਾਂਚ ਕੀਤੀ। ਵੈੱਬਸਾਈਟ ਰਾਹੀਂ ਕੋਈ ਵੀ ਵਿਅਕਤੀ ਕਿਸਾਨ ਪਵਨ ਤੇ ਕਿਸਾਨ ਹਵੇਲੀ ਦੀ ਸਸਤੇ ਭਾਅ 'ਚ ਬੁਕਿੰਗ ਕਰਵਾ ਸਕਦਾ ਹੈ। ਪੰਜਾਬ ਮੰਡੀ ਬੋਰਡ ਨੇ ਕਿਸਾਨ ਪਵਨ ਤੇ ਕਿਸਾਨ ਹਵੇਲੀ ਨੂੰ ਨਵੀਂ ਦਿੱਖ ਵੀ ਦਿੱਤੀ ਹੈ। ਕਿਸਾਨ ਪਵਨ ਦੇ ਵਿੱਚ 40 AC ਕਮਰੇ ਤੇ 115 ਡਾਰਮੇਟਰੀ ਬੈੱਡ ਨੇ ਕਿਸਾਨਪਾਵੰਦ ਵਿੱਚ ਦੋ ਕਾਨਫਰੰਸ ਹਾਲ ਤੇ ਇੱਕ ਪਾਰਟੀ ਹਾਲ ਵੀ ਹਨ 40 ਤੋਂ ਲੈ ਕੇ 1000 ਲੋਕਾਂ ਦਾ ਇੱਥੇ ਇਕੱਠ ਵੀ ਕੀਤਾ ਜਾ ਸਕਦਾ ਹੈ ਆਨੰਦਪੁਰ ਸਾਹਿਬ ਦੇ ਕਿਸਾਨ ਹਵੇਲੀ ਅੰਦਰ ਅਤ ਆਧੁਨਿਕ ਸੁਵਿਧਾ ਨਾਲ ਲੈਸ 14 ਕਮਰੇ ਨੇ ਕਿਸਾਨ ਪਵਨ ਚੰਡੀਗੜ੍ਹ ਵਿੱਚ ਕਿਸਾਨਾਂ ਨੂੰ ਰਹਿਣ ਤੇ ਹੋਰ ਸਮਾਗਮਾਂ ਲਈ ਖਾਸ ਰਿਆਇਤਾਂ ਦਿੱਤੀਆਂ ਗਈਆਂ ਨੇ ਜਦਕਿ ਆਮ ਲੋਕ ਵੀ ਬਾਜ਼ਾਰ ਨਾਲੋਂ ਘੱਟ ਕੀਮਤ ਤੇ ਇੱਥੇ ਕਮਰੇ ਬੁੱਕ ਕਰਵਾ ਸਕਦੇ ਨੇ। ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਮੰਡੀ ਬੋਰਡ ਦੇ ਆਰ ਡੀ ਐਫ ਦੇ ਫੰਡ ਰੋਕ ਕੇ ਸੂਬੇ ਦੇ ਦਿਹਾਤੀ ਖੇਤਰ ਦੇ ਵਿਕਾਸ ਵਿੱਚ ਰੁਕਾਵਟਾਂ ਖੜੀਆਂ ਕੀਤੀਆਂ ਜਾ ਰਹੀਆਂ ਨੇ ਪਰ ਬੋਰਡ ਆਪਣੀ ਆਮਦਨ ਵਧਾਉਣ ਲਈ ਯਤਨ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕਿਸਾਨ ਪਵਨ ਨੂੰ ਨਵੇਂ ਆਉਣ ਤੋਂ ਬਾਅਦ ਵਿੱਤੀ ਵਰੇ 2023-24 ਦੇ ਪਹਿਲੇ ਮਹੀਨੇ ਅਪ੍ਰੈਲ ਦੇ ਵਿੱਚ 7 ਲੱਖ 8000 ਦੀ ਆਮਦਨ ਹੋਈ ਸੀ। ਜੁਲ 10 ਦਸੰਬਰ ਚ ਬਾਅਦ ਕੀ 43 ਲੱਖ 2000 ਰੁਪਏ ਤੇ ਪਹੁੰਚ ਗਈ ਹੈ ਤੇ ਮੰਡੀ ਬੋਰਡ ਨੇ 9 ਮਹੀਨਿਆਂ ਵਿੱਚ 2 ਕਰੋੜ 36 ਲੱਖ ਰੁਪਏ ਦੀ ਕਮਾਈ ਕੀਤੀ ਹੈ। ਪੰਚਾਇਤੀ ਚੋਣਾਂ ਤੋਂ ਬਾਅਦ ਪੰਜਾਬ ਦੀਆਂ 5 ਨਗਰ ਨਿਗਮ ਚੋਣਾਂ ਦੇ ਵਿੱਚ ਹੋ ਰਹੀ ਦੇਰੀ ਸੰਬੰਧੀ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਹੁਣ ਸਖਤ ਹੋ ਗਈ ਹੈ। ਪੰਜਾਬ ਹਰਿਆਣਾ ਹਾਈ ਕੋਰਟ ਨੇ ਕੱਲ ਮਾਨ ਸਰਕਾਰ ਤੇ ਚੋਣ ਕਮਿਸ਼ਨ ਨੂੰ ਨੋਟਿਸ ਭੇਜ ਕੇ ਇੱਕ ਹਫ਼ਤੇ ਦੇ ਅੰਦਰ ਅੰਦਰ ਚੋਣਾਂ ਕਰਵਾਉਣ ਸੰਬੰਧੀ ਜਾਣਕਾਰੀ ਦੇਣ ਦੇ ਹੁਕਮ ਦਿੰਦੇ ਨੇ ਦਰਅਸਲ ਪੰਜਾਬ ਦੇ ਪੰਜ ਨਗਰ ਨਿਗਮ ਪਟਿਆਲਾ ਲੁਧਿਆਣਾ ਅੰਮ੍ਰਿਤਸਰ ਜਲੰਧਰ ਤੇ ਫਗਵਾੜਾ ਦਾ ਕਾਰਜਕਾਲ ਖਤਮ ਹੋਏ ਨੂੰ ਸਾਲ ਬੀਤ ਚੁੱਕਿਆ ਇਸ ਬੰਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਪ੍ਰਬੋਤ ਚੰਦਰ ਬਾਲੀ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਉਸ ਮੁਤਾਬਕ ਪੰਜਾਬ ਦੀਆਂ ਨਗਰ ਨਿਗਮਾਂ ਦਾ ਕਾਰਜਕਾਲ ਖਤਮ ਹੋਏ ਨੂੰ ਕਾਫੀ ਸਮਾਂ ਬੀਤ ਚੁੱਕਿਆ ਤੇ ਸੂਬਾ ਸਰਕਾਰ ਚੋਣ ਹੀ ਨਹੀਂ ਕਰਵਾ ਰਹੀ ਪਟੀਸ਼ਨਰ ਨੇ ਚੋਣਾ ਕਰਵਾਉਣ ਦੀ ਮੰਗ ਕੀਤੀ ਹੈ ਜਿਸ ਤੇ ਸੁਣਵਾਈ ਕਰਦਿਆਂ ਹੀ ਸੂਬਾ ਸਰਕਾਰ ਤੇ ਚੋਣ ਕਮਿਸ਼ਨ ਨੂੰ ਅਦਾਲਤ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ ਹਾਲਾਂਕਿ ਮਾਨ ਸਰਕਾਰ ਨੇ ਲੰਗੇ ਸਾਲ 2023 ਦੇ ਅਖੀਰ ਦੇ ਵਿੱਚ ਨਗਰ ਨਿਗਮ ਤੇ ਪੰਚਾਇਤੀ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਸੀ ਪਰ ਹੱਦਬੰਦੀ ਨਾ ਹੋਣ ਦੀ ਵਜ੍ਹਾ ਕਰਕੇ ਚੋਣਾਂ ਟਾਲ ਦਿੱਤੀਆਂ ਗਈਆਂ ਸਨ ਹੁਣ ਫਗਵਾੜਾ ਨੂੰ ਛੱਡ ਕੇ ਅੰਮ੍ਰਿਤਸਰ ਜਲੰਧਰ ਲੁਧਿਆਣਾ ਤੇ ਪਟਿਆਲਾ ਦੇ ਵਿੱਚ ਹੱਦਬੰਦੀ ਦਾ ਕੰਮ ਚੱਲ ਰਿਹਾ ਹੈ ਨਵੇਂ ਸਿਰੇ ਤੋਂ ਵਾਰਡ ਬਣ ਰਹੇ ਨੇ ਤੇ ਮਾਨ ਸਰਕਾਰ ਹੋਰ ਕਸ਼ਮਕਸ਼ ਦੇ ਵਿੱਚ ਉਲਝੀ ਹੋਈ ਹੈ ਕਿ ਨਗਰ ਨਿਗਮ ਦੀਆਂ ਚੋਣਾਂ ਲੋਕ ਸਭਾ ਤੋਂ ਪਹਿਲਾਂ ਕਰਵਾਈਆਂ ਜਾਣ ਜਾਂ ਫਿਰ ਬਾਅਦ ਵਿੱਚ ਕਿਉਂਕਿ ਜੇ ਨਗਰ ਨਿਗਮ ਚੋਣਾਂ ਲੋਕ ਸਭਾ ਤੋਂ ਪਹਿਲਾਂ ਹੁੰਦੀਆਂ ਨੇ ਨਤੀਜੇ ਮਾਨ ਸਰਕਾਰ ਦੇ ਹੱਕ ਵਿੱਚ ਨਹੀਂ ਆਉ ਤਾਂ ਫਿਰ ਲੋਕ ਸਭਾ ਵਾਲੀਆਂ ਚੋਣਾਂ ਤੇ ਅਸਰ ਪਊਗਾ ਤੇ ਜੇ ਲੋਕ ਸਭਾ ਤੋਂ ਬਾਦ ਕਰਵਾਉਂਦੇ ਨੇ ਤੇ ਲੋਕ ਸਭਾ ਦੇ ਵਿੱਚ ਪ੍ਰਦਰਸ਼ਨ ਠੀਕ ਨਾ ਰਿਹਾ ਤਾ ਫੇਰ ਵੀ ਨਗਰ ਨਿਗਮ ਚੋਣਾ ਤੇ ਅਸਰ ਪਵੇਗਾ ਸੋ ਹੁਣ ਇਸ ਕਸ਼ਮਕਸ਼ ਦੇ ਵਿੱਚੋਂ ਮਾਨ ਸਰਕਾਰ ਕਿਵੇਂ ਨਿਕਲੂਗੀ ਇਹ ਤਾਂ ਹੁਣ ਸਰਕਾਰ ਹੀ ਜਾਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਂਚ ਕਮੇਟੀ ਦੇ ਵੱਲੋਂ ਜਥੇਦਾਰ ਸਾਹਿਬ ਨੂੰ ਸੌਂਪੀ ਗਈ ਰਿਪੋਰਟ ਕੱਲ ਐਸਜੀਪੀਸੀ ਪ੍ਰਧਾਨ ਨੇ ਜਨਤਕ ਕਰ ਦਿੱਤੀ ਤੇ ਇਸ ਰਿਪੋਰਟ ਦੇ ਵਿੱਚ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਅਕਾਲ ਮੰਗਾ ਦੇ ਵਿੱਚ ਗੋਲੀਬਾਰੀ ਦੀ ਘਟਨਾ ਲਈ ਸਿੱਧੇ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ ਪ੍ਰਧਾਨ ਨੇ ਕਿਹਾ ਕਿ ਜਥੇਦਾਰ ਸਾਹਿਬ ਹੀ ਕੋਈ ਫੈਸਲਾ ਲੈਣਗੇ ਪੰਜਾਬ ਕਾਂਗਰਸ ਦੇ ਨਵੇਂ ਬਣੇ ਇੰਚਾਰਜ ਦਿਵਿੰਦਰ ਯਾਦਵ ਪੰਜਾਬ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਪੰਜਾਬ ਕਾਂਗਰਸ ਦੇ ਸਾਰੇ ਲੀਡਰ ਸ਼ਾਮਿਲ ਨੇ ਕੱਲ ਪਹਿਲੇ ਦਿਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਨਵਜੋਤ ਸਿੰਘ ਸਿੱਧੂ ਅਮਰਿੰਦਰ ਸਿੰਘ ਰਾਜਾਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਨਾਲ ਸਨ ਪਰ ਸਾਰਿਆਂ ਦੇ ਮੂੰਹ ਇੱਕ ਦੂਸਰੇ ਤੋਂ ਵੱਖਰੀਆਂ ਦਿਸ਼ਾਵਾਂ ਦੇ ਵਿੱਚ ਸਨ ਤੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਬਾਰੇ ਫੈਸਲਾ ਕਹਿੰਦੇ ਵਿਚਾਰ ਚਰਚਾ ਤੋਂ ਬਾਅਦ ਹੀ ਲਿਆ ਜਾਵੇਗਾ ਛੇਤੀ ਹੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਕਰਕੇ رائے ਲਈ ਜਾਏਗੀ ਦੂਜੀ ਪਾਸੇ ਸੀਟਾਂ ਦੀ ਵੰਡ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਚਾਰੇ ਵੀ ਕੱਲ ਦਿੱਲੀ ਵਿੱਚ ਗੱਲਬਾਤ ਹੋਈ ਹੈ ਦੋਵਾਂ ਤਰ੍ਹਾਂ ਚ ਸੁਖਾਵੇਂ ਮਾਹੌਲ ਦੇ ਵਿੱਚ ਚਰਚਾ ਹੋਈ ਹੈ ਕਾਂਗਰਸ ਲੀਡਰ ਮੁਕุล ਵਾਸਨਿਕ ਮੁਤਾਬਕ ਗੱਠਜੋੜ ਹੋਵੇਗਾ ਪਰ ਸੀਟਾਂ ਤੇ ਤਾਲਮੇਲ ਲਈ ਮੋੜ ਬੈਠਕ ਕੀਤੀ ਜਾਊਗੀ ਪਾਸਪੋਰਟ ਬਣਾਉਣ ਦੇ ਵਿੱਚ ਪੰਜਾਬ ਨੇ ਮੁੜ ਇੱਕ ਨਵਾਂ ਰਿਕਾਰਡ ਬਣਾਇਆ ਹੈ ਪੰਜਾਬ ਚ ਹਰੇਕ ਘੰਟੇ ਔਸਤਨ 400 ਪਾਸਪੋਰਟ ਬਣ ਜਾਂਦੇ ਨੇ 2014 ਦੇ ਵਿੱਚ ਪੰਜਾਬ ਚ ਪਾਸਪੋਰਟਾਂ ਦੀ ਗਿਣਤੀ 548075 ਹੁੰਦੀ ਸੀ ਜਦ ਕਿ 2023 ਦੇ ਵਿੱਚ 9 ਸਾਲਾਂ ਦੇ ਵਿੱਚ ਵਧ ਕੇ 1194000 ਤੇ ਪਹੁੰਚ ਗਈ ਹੈ ਯਾਨੀ ਕਿ ਲੰਘੇ ਸਾਲ 2023 ਦੇ ਵਿੱਚ ਪੰਜਾਬ ਚ ਹਰੇਕ ਮਿੰਟ ਪਿੱਛੇ 7 ਪਾਸਪੋਰਟ ਤੇ ਪ੍ਰਤੀ ਘੰਟਾ ਔਸਤਨ 408 ਪਾਸਪੋਰਟ ਬਣਦੇ ਰਹੇ ਨੇ ਤਰੰਤਰੰਦ ਵਿੱਚ ਸੀਆਈਏ ਸਟਾਫ ਨੇ ਜਾਲੀ ਦਸਤਾਵੇਜ਼ਾਂ ਦੇ ਆਧਾਰ ਤੇ ਪਾਸਪੋਰਟ ਤੇ ਹੋਰ ਦਸਤਾਵੇਜ਼ ਤਿਆਰ ਕਰਨ ਵਾਲੇ ਗਰੋ ਦਾ ਪਰਦਾ ਫਾਸ਼ ਕੀਤਾ ਹੈ ਪੰਜਾਬ ਪੁਲਿਸ ਦਾ ਹੌਲਦਾਰ ਵੀ ਗ੍ਰਿਫਤਾਰ ਕੀਤਾ ਗਿਆ ਹਵਾਈ ਅੱਡੇ ਤੋਂ ਕਾਬੂ ਕੀਤੇ ਵਿਅਕਤੀ ਤੋਂ ਬਾਅਦ ਇਸ ਗਰੋ ਦਾ ਪਤਾ ਲੱਗਿਆ ਸੀ ਡੱਬਾ ਵਾਲੀ ਸੰਗਰੀਆ ਮੁਖ ਸੜਕ ਤੇ ਕੱਲ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਡਿਜ਼ਾਇਰ ਕਾਰ ਬੇਕਾਬੂ ਹੋ ਕੇ ਰੁੱਖ 'ਚ ਜਾ ਵਧ ਜਿਸ ਕਾਰਨ ਤਿੰਨ ਔਰਤਾਂ ਸਣੇ 6 ਜਣੇ ਖਤਮ ਹੋ ਗਏ ਜਾਨ ਗਵਾਉਣ ਵਾਲਿਆਂ ਦੇ ਵਿੱਚ ਪਤੀ ਪਤਨੀ ਵੀ ਸ਼ਾਮਲ ਸਨ ਇਸ ਸਾਰੇ ਹਾਦਸੇ ਵਿੱਚ ਜਾਨ ਗਵਾਉਣ ਵਾਲੀ ਦਰਸ਼ਨਾ ਦੇਵੀ ਦੇ ਪਿਤਾ ਦੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਸਨ ਤੇ ਸਾਰੇ ਆਪਸ ਵਿੱਚ ਰਿਸ਼ਤੇਦਾਰ ਸਨ ਸੋ ਬਹੁਤ ਹੀ ਭਿਆਨਕ ਇਹ ਹਾਦਸਾ ਵਾਪਰਿਆ ਹੈ ਬਹੁਤ ਦੁੱਖ ਦੀ ਘੜੀ ਹੈ ਉਸ ਪਰਿਵਾਰ ਦੇ ਲਈ ਜਿਹੜਾ ਰਿਸ਼ਤੇਦਾਰੀ ਦੇ ਵਿੱਚ ਹੀ ਕਿਸੇ ਦੀ ਜਾਨ ਜਾਣ ਤੇ ਅੰਤਿਮ ਸੰਸਕਾਰ ਤੇ ਜਾ ਰਿਹਾ ਸੀ ਤੇ ਹੁਣ ਸਾਰੇ ਰਿਸ਼ਤੇਦਾਰਾਂ ਨੂੰ ਹੋਰ 6 ਅੰਤਿਮ ਸੰਸਕਾਰ ਦੇਖਣੇ ਪੈਣਗੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਵਿੱਚ ਰੇਲ ਪਟੜੀ ਤੋਂ ਵੀ ਕੱਲ ਦੋ ਨੌਜਵਾਨਾਂ ਦੀਆਂ ਦੇਹਾਂ ਮਿਲੀਆਂ ਨੇ ਤੇ ਦੁਖਦਾਈ ਗੱਲ ਇਹ ਹੈ ਕਿ ਚਾਰ ਟੁਕੜੀਆਂ ਦੇ ਵਿੱਚ ਹੋਈਆਂ ਮਿਲੀਆਂ ਨੇ ਪੁਲਿਸ ਨੇ ਦੇਹਾਂ ਨੂੰ ਜ਼ਬਤ ਕਰਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਸੀ ਦੇਖਣ ਨੂੰ ਦੋਵੇਂ ਪ੍ਰਵਾਸੀ ਮਜ਼ਦੂਰ ਜਾਪਦੇ ਨੇ ਉਮਰ 25 ਤੋਂ 30 ਸਾਲ ਦਰਮਿਆਨ ਹੈ ਮੋਗਾ ਦੇ ਪਿੰਡ ਬਹੋਨਾ ਦੇ ਵਿੱਚ ਇੱਕ ਮਜ਼ਦੂਰ ਨੇ ਤੇਜ਼ ਤਾਰ ਹਥਿਆਰ ਨਾਲ ਆਪਣੀ ਪਤਨੀ ਨੂੰ ਖਤਮ ਕਰ ਦਿੱਤਾ ਮਲਜ਼ਮ ਆਪਣੀ ਪਤਨੀ ਦੇ ਚਾਲ ਚਲਣ ਤੇ ਸ਼ੱਕ ਕਰਦਾ ਸੀ ਪਤਨੀ ਇੰਸਟਾਗ੍ਰam ਤੇ ਵੀਡੀਓਸ ਪਾਉਂਦੀ ਸੀ ਤੇ ਪਤੀ ਰੋਕਦਾ ਸੀ ਜਿਸ ਤੋਂ ਬਾਅਦ ਕਲੇਸ਼ ਵਾਦਾ ਗਿਆ ਤੇ ਪਤਨੀ ਦੇ ਦੋਵੇਂ ਪਹਿਲਾਂ ਉਸਨੇ ਗੁੱਟ ਵੱਢ ਦਿੱਤੇ ਫਿਰ ਸਿਰ ਤੇ ਵੀ ਵਾਰ ਕੀਤਾ ਜਿਸ ਨਾਲ ਪਤਨੀ ਦੀ ਅੱਖ ਹੀ ਬਾਹਰ ਨਿਕਲੇ ਬਹੁਤ ਹੀ ਭਿਆਨਕ ਤਰੀਕੇ ਦੇ ਨਾਲ ਪਤੀ ਨੇ ਆਪਣੀ ਪਤਨੀ ਨੂੰ ਖਤਮ ਕੀਤਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪੰਜਾਬ ਦੇ ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ ਨੇ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਦੇ ਖਿਲਾਫ ਹੁਸ਼ਿਆਰਪੁਰ ਦੇ ਵਿੱਚ 15 ਜਨਵਰੀ ਨੂੰ ਪੱਕਾ ਧਰਨਾ ਲਾਉਣ ਦਾ ਐਲਾਨ ਕੀਤਾ ਹੈ ਪੱਕੇ ਮੋਰਚੇ ਲਈ ਬਲਾਕ ਪਧਰੀ ਲਾਂਬੰਦੀ ਮੀਟਿੰਗਾਂ ਚੱਲ ਰਹੀਆਂ ਨੇ ਇਹਨਾਂ ਦੀਆਂ ਮੰਗਾਂ ਨੇ ਕਿ ਸੈਨੀਟੇਸ਼ਨ ਵਿਭਾਗ 'ਚ ਠੇਕੇ ਤੇ ਕੰਮ ਕਰਦੇ ਜਾਂ ਕੱਚੇ ਕਾਮੇ ਹਾਲੇ ਤੱਕ ਪੱਕੇ ਨਹੀਂ ਕੀਤੇ 110 ਦੇ ਕਰੀਬ ਮਰਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਨੌਕਰੀ ਦਾ ਲਾਭ ਨਹੀਂ ਦਿੱਤਾ ਗਿਆ ਦਰਜਾ 3 ਤੇ 4 ਮੁਲਾਜ਼ਮਾਂ ਦੀਆਂ ਤਰੱਕੀਆਂ ਨਹੀਂ ਕੀਤੀਆਂ ਗਈਆਂ ਮંત્રી ਜੀ ਨੂੰ ਕਹਿੰਦੇ ਉਹ ਕਿੰਨੀ ਵਾਰੀ ਮਿਲ ਚੁੱਕੇ ਨੇ ਪਰ ਬ੍ਰਹਮਸ਼ੰਕਰ ਜ਼ਿੰਪਾ ਦੇ ਵਾਰੀ-ਵਾਰੀ ਮੀਟਿੰਗਾਂ ਤਾਂ ਕੀਤੀਆਂ ਨੇ ਪਰ ਕੋਈ ਹੱਲ ਨਹੀਂ ਕੱਢਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਾਲੇ ਵੀ ਪੰਜਾਬ ਤੋਂ ਬਾਹਰ ਨੇ ਕਾਲੋ ਆਪਣੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਹਮਰਤਬਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਗੁਜਰਾਤ ਦੀ ਰਾਜਪੀਪਲਾ ਜੇਲ੍ਹ ਵਿੱਚ ਬੰਦ ਆਮ ਆਦਮੀ ਪਾਰਟੀ ਦੇ ਵਿਧਾਇਕ ਚੈਤਰ ਵਸਾਵਾ ਤੇ ਉਹਨਾਂ ਦੀ ਪਤਨੀ ਨੂੰ ਮਿਲਣ ਗਏ ਅਤੇ ਇਲਜ਼ਾਮ ਲਾਇਆ ਕਿ ਲੋਕਾਂ ਦੀ ਆਵਾਜ਼ ਚੁੱਕਣ ਵਾਲਿਆਂ ਖਿਲਾਫ ਝੂਠੇ ਕੇਸ ਦਰਜ ਕਰਕੇ ਜੇਲ੍ਹਾਂ ਵਿੱਚ ਸੁੱਟਿਆ ਗਿਆ ਹੈ ਦੋਵੇਂ ਮੁੱਖ ਮੰਤਰੀਆਂ ਨੇ ਭਾਜਪਾ ਦੀ ਆਲੋਚਨਾ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਦਿਹਾੜਾ ਵੱਡੇ ਪੱਧਰ ਤੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਐਤਕੀ ਮਨਾਇਆ ਜਾ ਰਿਹਾ ਹੈ ਇਸ ਸੰਬੰਧੀ 10 ਜਨਵਰੀ ਕੱਲ ਨੂੰ ਤਖਤ ਸ੍ਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਤੋਂ ਆਪੇ ਗੁਰਚੇਲਾ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ ਇਹ ਨਗਰ ਕੀਰਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਤੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ 16 ਜਨਵਰੀ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਪਹੁੰਚ ਕੇ ਸੰਪੂਰਨ ਹੋਵੇਗਾ। ਨਗਰ ਕੀਰਤਨ ਦੌਰਾਨ ਇੱਕ ਖਾਸ ਬਸ ਦੇ ਵਿੱਚ ਸੰਗਤਾਂ ਨੂੰ ਇਤਿਹਾਸਿਕ ਸ਼ਸਤਰਾਂ ਦੇ ਦਰਸ਼ਨ ਵੀ ਕਰਵਾਏ ਜਾਣਗੇ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮੌਕੇ ਤਖਤ ਪਟਨਾ ਸਾਹਿਬ ਪਹੁੰਚਣ ਵਾਲੀ ਸੰਗਤ ਲਈ ਰਹਿائش ਬੁਕਿੰਗ ਨੂੰ ਲੈ ਕੇ ਟੋਲ ਫ੍ਰੀ ਨੰਬਰ ਵੀ ਜਾਰੀ ਕੀਤੇ ਗਏ ਨੇ। ਤਖਤ ਸੱਚਖੰਡ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਪ੍ਰਕਾਸ਼ ਦਿਹਾੜਾ 15 ਤੋਂ ਲੈ ਕੇ 17 ਜਨਵਰੀ ਤੱਕ ਮਨਾਇਆ ਜਾਰੀ ਹੈ ਦੇਸ਼ ਵਿਦੇਸ਼ ਤੋਂ ਪਟਨਾ ਸਾਹਿਬ ਪਹੁੰਚਣ ਵਾਲੀ ਸੰਗਤ ਦੀ ਰਿਹائش ਦੀ ਸਹੂਲਤ ਲਈ ਟੋਲ ਫਰੀ ਨੰਬਰ 18008918967 ਜਾਰੀ ਕੀਤਾ ਗਿਆ ਜਿਸ ਤੇ ਫੋਨ ਕਰਕੇ ਤੁਸੀਂ ਆਪਣੀ ਰਿਹائش ਬੁੱਕ ਕਰਵਾ ਸਕਦੇ ਹੋ 20 ਜਨਵਰੀ ਤੱਕ ਇਹ ਸਹੂਲਤ ਚੱਲਦੀ ਰਹੂਗੀ ਸੰਗਤ ਲਈ ਮੁਫਤ ਰਿਹائش ਤੇ ਟਰਾਂਸਪੋਰਟ ਦੀ ਵਿਵਸਥਾ ਵੀ ਕੀਤੀ ਗਈ ਹੈ ਹਿੱਟ ਐਂਡ ਰਨ ਕਾਨੂੰਨ ਦੇ ਖਿਲਾਫ ਪੰਜਾਬ ਦੇ ਟਰੱਕ ਚਾਲਕ ਲਗਾਤਾਰ ਧਰਨੇ ਦੇ ਰਹੇ ਨੇ ਕੱਲ ਪੰਜਾਬ ਟਰੱਕ ਆਪਰੇਟਰ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਦੀ ਅਗਵਾਈ ਦੇ ਵਿੱਚ ਪਟਿਆਲਾ ਦੇ ਵਿੱਚ ਧਰਨਾ ਦਿੱਤਾ ਗਿਆ ਤੇ 18 ਜਨਵਰੀ ਨੂੰ ਫਲੋਰ ਦੇ ਵਿੱਚ ਹਾਈਵੇ ਜਾਮ ਕਰਨ ਦਾ ਐਲਾਨ ਕੀਤਾ ਗਿਆ ਬੰਦੀ ਸਿੰਘ ਜਗਤਾਰ ਸਿੰਘ ਹਵਾਰਾ ਦੇ ਖਿਲਾਫ 33 ਕੇਸਾਂ ਦੇ ਵਿੱਚੋਂ 32 ਦਾ ਨਿਪਟਾਰਾ ਹੋ ਗਿਆ ਹੁਣ ਇੱਕ ਕੇਸ ਥਾਣਾ ਸਦਰ ਖਰੜ ਦੇ ਵਿੱਚ ਹੀ ਬਾਕੀ ਰਹਿ ਗਿਆ ਕੱਲ ਇਸ ਦੀ ਸੁਣਵਾਈ ਹੋਣੀ ਸੀ ਪਰ ਜੱਜ ਦੀ ਛੁੱਟੀ ਹੋਣ ਕਰਕੇ ਅਗਲੀ ਤਰੀਕ ਹੁਣ 15 ਜਨਵਰੀ ਤੇ ਪਾ ਦਿੱਤੀ ਗਈ ਹੈ ਵਕੀਲ ਦਿਲਸ਼ੇਰ ਸਿੰਘ ਨੇ ਦੱਸਿਆ ਕਿ ਕੇਸ ਫਾਸਟ ਟਰੈਕ ਤੇ ਲਾਇਆ ਹੋਇਆ ਤੇ ਗਵਾਹ ਵਜੋਂ ਸੇਵਾਮੁਕਤ ਪੁਲਿਸ ਮੁਲਾਜ਼ਮ ਵੀ ਆਏ ਹੋਏ ਸਨ ਪਰ ਸੁਣਵਾਈ ਹੁਣ 15 ਨੂੰ ਹੋਊਗੀ ਪੰਜਾਬ ਸਰਕਾਰ ਨੇ ਸਕੂਲਾਂ ਦੇ ਵਿੱਚ ਛੁੱਟੀਆਂ ਸੰਬੰਧੀ ਨਵੇਂ ਨਿਰਦੇਸ਼ ਵੀ ਜਾਰੀ ਕੀਤੇ ਨੇ ਪਹਿਲੀ ਜਮਾਤ ਤੋਂ 10ਵੀਂ ਜਮਾਤ ਤੱਕ ਦੇ ਨਿਆਣਿਆਂ ਦੀਆਂ ਛੁੱਟੀਆਂ ਤਾਂ ਵਧਾਉਣ ਦਾ ਮੁੱਖ ਮੰਤਰੀ ਨੇ ਐਲਾਨ ਕਰ ਹੀ ਦਿੱਤਾ ਸੀ ਕੱਲ ਸਕੂਲ ਲੱਗਣੇ ਸੀ ਪਰ ਇਹਨਾਂ ਦੇ ਨਹੀਂ ਲੱਗੇ ਯਾਨਕਿ 10ਵੀਂ ਜਮਾਤ ਤੱਕ ਦੇ ਵਿਦਿਆਰਥੀ ਨਹੀਂ ਆਏ ਪਰ 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਕੂਲ ਨੇ ਜਿਹੜੇ ਉਹ ਲੱਗਦੇ ਰਹਿਣਗੇ 10 ਵਜੇ ਤੋਂ ਲੈ ਕੇ 3 ਵਜੇ ਤੱਕ ਸਕੂਲਾਂ ਦਾ ਸਮਾਂ ਹੈ ਪਰ ਕੱਲ ਛੁੱਟੀਆਂ ਤੋਂ ਬਾਅਦ ਪਹਿਲੇ ਦਿਨ ਸਕੂਲਾਂ ਦੇ ਵਿੱਚ ਹਾਜ਼ਰੀ ਘੱਟ ਦਰਜ ਕੀਤੀ ਗਈ ਕਿਉਂਕਿ ਕੜਾਕੇ ਦੀ ਠੰਡ ਕਰਕੇ ਕਿਤੇ ਨਾ ਕਿਤੇ ਵਿਦਿਆਰਥੀ ਘਰਾਂ ਦੇ ਵਿੱਚੋਂ ਨਹੀਂ ਨਿਕਲੇ ਜਾਂ ਫਿਰ ਮਾਪਿਆਂ ਨੇ ਨਹੀਂ ਜਾਣ ਦਿੱਤੇ ਤੇ ਜਿਹੜੇ 10ਵੀਂ ਜਮਾਤ ਤੱਕ ਦੇ ਵਿਦਿਆਰਥੀ ਨੇ ਉਹਨਾਂ ਦੀਆਂ ਵੀ ਆਨਲਾਈਨ ਕਲਾਸਾਂ ਲਗਿਆ ਕਰਨਗੀਆਂ ਤੇ ஆன்ਲਾਈਨ ਕਲਾਸਾਂ ਜਿਹੜੀਆਂ 8ਵੀਂ 9ਵੀਂ ਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਲੱਗਣਗੀਆਂ ਸਾਰੇ ਅਧਿਆਪਕ ਤੜਕੇ 10 ਵਜੇ ਤੋਂ ਲੈ ਕੇ 3 ਵਜੇ ਤੱਕ ਦੇ ਟਾਈਮ ਟੇਬਲ ਮੁਤਾਬਕ ਆਪੋ ਆਪਣੇ ਵਿਸ਼ਿਆਂ ਦੀਆਂ ஆன்ਲਾਈਨ ਕਲਾਸਾਂ ਲਾਇਆ ਕਰਨਗੇ ਪ੍ਰਿੰਸੀਪਲ ਇਹਨਾਂ ਕਲਾਸਾਂ ਨੂੰ ਮਾਨੀਟਰ ਕਰਨਗੇ ਤੇ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਵੀ ਰਾਹਤ ਇਸ ਗੱਲ ਦੀ ਹੈ ਕਿ ਉਹ ਆਪਣੇ ਘਰੋਂ ਹੀ ਵਿਦਿਆਰਥੀਆਂ ਨੂੰ ਪੜਾਇਆ ਕਰਨਗੇ ਤੇ ਇਹ ਕਲਾਸਾਂ 14 ਜਨਵਰੀ ਤੱਕ ਜੋ ਤੱਕ ਛੁੱਟੀਆਂ ਦਾ ਐਲਾਨ ਹੈ ਉਦੋਂ ਤੱਕ ਲੱਗਣਗੀਆਂ ਹਾਲਾਂਕਿ 13 ਤਰੀਕ ਦੀ ਲੋਹੜੀ ਹੈ 14 ਜਨਵਰੀ ਦੀ ਮਾਗੀ ਹੈ ਤੇ ਉਸ ਤੋਂ ਬਾਅਦ 15 ਤਰੀਕ ਨੂੰ ਆਉਂਦੇ ਸੋਮਵਾਰ ਨੂੰ ਸਕੂਲ ਲੱਗਣਗੇ ਇਹ ਵੀ ਖਬਰਾਂ ਮਿਲੀਆਂ ਨੇ ਕਿ 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਉਹਨਾਂ ਨੂੰ ਪੜਾਉਣ ਵਾਲੇ ਅਧਿਆਪਕਾਂ ਦੇ ਵਿੱਚ ਰੋਸ ਜ਼ਰੂਰ ਪਾਇਆ ਜਾ ਰਿਹਾ ਹੈ ਕਿਉਂਕਿ ਠੰਡ ਤਾਂ ਸਾਰਿਆਂ ਨੂੰ ਹੀ ਲੱਗਦੀ ਹੈ ਉਹਨਾਂ ਨੂੰ ਵੀ ਮਲਾਲ ਹੈ ਕਿ ਛੁੱਟੀਆਂ ਉਹਨਾਂ ਨੂੰ ਵੀ ਹੋਣੀਆਂ ਚਾਹੀਦੀਆਂ ਸੀ 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਕਲਾਸਾਂ ਵੀ ਆਨਲਾਈਨ ਲੱਗ ਸਕਦੀਆਂ ਸੀ ਪੰਜਾਬ ਦੇ ਵਿੱਚ ਫਿਲਹਾਲ ਕੜਾਕੇ ਦੀ ਠੰਡ ਤੋਂ ਕੋਈ ਰਾਹਤ ਨਹੀਂ ਮਿਲੇਗੀ ਪੂਰੇ ਪੰਜਾਬ ਦੇ ਵਿੱਚ ਕੱਲ ਰਾਤ ਤੱਕ ਪਿਛਲੇ ਕਈ ਦਿਨਾਂ ਤੋਂ ਲੈ ਕੇ ਸੰਗਣੀ ਤੁੰਦ ਦੀ ਚਾਦਰ ਲਿਪਟੀ ਰਹੀ ਕੱਲ ਵੀ ਪੂਰੇ ਪੰਜਾਬ ਦੇ ਵਿੱਚ ਸੂਰਜ ਨੇ ਆਪਣੀ ਸ਼ਕਲ ਤੱਕ ਨਹੀਂ ਦਿਖਾਈ ਪਾਰਾ ਲਗਾਤਾਰ ਠੇਹ ਠਾਂ ਡਿੱਗ ਰਿਹਾ ਹੈ ਮੌਸਮ ਵਿਭਾਗ ਦੇ ਮੁਤਾਬਿਕ ਅੱਜ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਕੱਲ ਵੀ ਮੀਂਹ ਪੈਣ ਦੀ ਕਿਤੇ ਨਾ ਕਿਤੇ ਸੰਭਾਵਨਾ ਚ ਦੱਾਈ ਗਈ ਸੀ ਪਰ ਕੱਲ ਕਿਤੋਂ ਵੀ ਮੀਂਹ ਪੈਣ ਦੀ ਖਬਰ ਨਹੀਂ ਮਿਲੀ ਸ਼ਾਮ ਹੁੰਦੇ ਹੀ ਫੇਰ ਪੰਜਾਬ ਦੇ ਵਿੱਚ ਧੁੰਦ ਲੈ ਪਈ ਸੀ ਪਰ ਅੱਜ ਤੜਕੇ ਧੁੰਦ ਦੇਖਣ ਨੂੰ ਨਹੀਂ ਮਿਲ ਰਹੀ ਬੱਦਲਵਾਈ ਦਿਖਾਈ ਦੇ ਰਹੀ ਹੈ ਮੌਸਮ ਵਿਭਾਗ ਦੀ ਭੂਵਿੱਖਬਾਣੀ ਸੱਚ ਸਾਬਿਤ ਹੋ ਸਕਦੀ ਹੈ ਤੇ ਜੇ ਅੱਜ ਪੰਜਾਬ ਦੇ ਵਿੱਚ ਹਲਕਾ ਜਿਹਾ ਮੀਂਹ ਵੀ ਪੈਂਦਾ ਹੈ ਤਾਂ ਠੰਡ ਦੇਖ ਲਓ ਹੋਰ ਕਿੰਨੀ ਵੱਧ ਜਾਊਗੀ ਕੱਲ ਤਾਪਮਾਨ 0.3 ਡਿਗਰੀ ਹੋਰ ਹੇਠਾਂ ਡਿੱਗ ਪਿਆ ਤੇ ਸਭ ਤੋਂ ਘੱਟ ਤਾਪਮਾਨ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ 4.8 ਡਿਗਰੀ ਦਰਜ ਕੀਤਾ ਗਿਆ ਮੌਸਮ ਵਿਭਾਗ ਦੇ ਮੁਤਾਬਕ ਅੱਜ ਭਾਵੇਂ ਜਮੀ ਪੈ ਵੀ ਜਾਂਦਾ ਹੈ ਤਾਂ ਵੀ 12 ਜਨਵਰੀ ਤੱਕ ਖੁੱਲੇ ਇਲਾਕਿਆਂ ਦੇ ਵਿੱਚ ਤਾਂ ਧੁੰਦ ਦੇਖਣ ਨੂੰ ਮਿਲੇਗੀ ਇਸੇ ਤਰ੍ਹਾਂ ਦਾ ਹੀ ਹਾਲ ਚੰਡੀਗੜ੍ਹ ਅਤੇ ਹਰਿਆਣਾ ਦਾ ਹੈ ਉੱਤਰ ਭਾਰਤ ਦੇ ਹੋਰ ਵੀ ਬਹੁਤ ਸਾਰੇ ਇਲਾਕੇ ਇਸੇ ਤਰ੍ਹਾਂ ਠੰਡ ਦੇ ਵਿੱਚ ਜਕੜੇ ਹੋਏ ਨੇ ਸੀਤ ਲਹਿਰ ਚੰਡੀਗੜ੍ਹ ਵਾਸੀਆਂ ਨੂੰ ਲੋੜੀ ਤੱਕ ਠਾਰੇਗੀ ਮੌਸਮ ਵਿਭਾਗ ਨੇ 13 ਜਨਵਰੀ ਤੱਕ ਬੱਦਲਵਾਈ ਧੁੰਦ ਤੇ ਠੰਡੀਆਂ ਹਵਾਵਾਂ ਦਾ ਜ਼ੋਰ ਰਹਿਣ ਦੀ ਉਵੇ ਖਵਾਣੀ ਕੀਤੀ ਹੈ ਸੰਗਣੀ ਧੁੰਦ ਕਰਕੇ ਚੰਡੀਗੜ੍ਹ ਵਿੱਚ ਵੀ ਰੇਲ ਗੱਡੀਆਂ ਦੇਰੀ ਨਾਲ ਚੱਲ ਰਹੀਆਂ ਨੇ ਜਦ ਕਿ ਸ਼ਹੀਦ ਭਗਤ ਸਿੰਘ ਕਮਾਂਤਰੀ ਹਵਾਈ ਅੱਡੇ ਮੋਹਾਲੀ ਤੇ ਵੀ ਅੱਧਾ ਦਰਜਨ ਦੇ ਕਰੀਬ ਉਡਾਣਾ ਕੱਲ ਰੱਦ ਕੀਤੀਆਂ ਗਈਆਂ ਚੰਡੀਗੜ੍ਹ 'ਚ ਕੱਲ ਦੁਪਹਿਰੇ ਹਲਕੀ ਧੁੱਪ ਜ਼ਰੂਰ ਨਿਕਲੀ ਪਰ ਨਾਲ ਲੱਗਦੇ ਮੋਹਾਲੀ ਦੇ ਵਿੱਚ ਲੋਕ ਠੰਡ ਦੇ ਵਿੱਚ ਹੀ ਕੁੰਗੜਦੇ ਰਹੇ ਡਾਕਟਰਾਂ ਨੇ ਬੱਚਿਆਂ ਤੇ ਬਜ਼ੁਰਗਾਂ ਨੂੰ ਲੋੜ ਪੈਣ ਤੇ ਹੀ ਘਰੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਹੈ ਐਨੀ ਕੜਾਕੇ ਦੀ ਠੰਡ ਵਿੱਚ ਸਭ ਤੋਂ ਵੱਧ ਨਿੱਗ ਅੱਗ ਸਿੱਖ ਨਾਲ ਹੀ ਮਿਲਦਾ ਹੈ ਥਾਂ ਥਾਂ ਤੇ ਧੂਣੀਆਂ ਬਾਲ ਕੇ ਸੇਕਦੇ ਲੋਕ ਵੀ ਤੁਹਾਨੂੰ ਦਿਖਾਈ ਦਿੰਦੇ ਹੋਣਗੇ ਹਿਮਾਚਲ ਦੇ ਮੌਸਮ ਨੇ ਫੇਰ ਯੂ ਟਰਨ ਮਾਰ ਲਿਆ ਹੈ ਮੌਸਮ ਵਿਭਾਗ ਨੇ ਅੱਜ 9 ਜਨਵਰੀ ਤੋਂ ਅਗਲੇ 72 ਘੰਟੇ ਵਿੱਚ ਸੂਬੇ ਵਿੱਚ ਜਿਹੜੀ ਬਰਫਬਾਰੀ ਦੀ ਸੰਭਾਵਨਾ ਜਿਤਾਈ ਸੀ ਉਹ ਸੰਭਾਵਨਾ ਵੀ ਹੁਣ ਖਤਮ ਹੋ ਗਈ ਹੈ ਬੰਗਾਲ ਦੀ ਖਾੜੀ ਵਿੱਚ ਸਾਈਕਲੋਨ ਬਣਨ ਨਾਲ ਪੱਛਮੀ ਗੜਬੜੀ ਕਮਜ਼ੋਰ ਹੋ ਗਈ ਹੈ ਬੱਦਲ ਬਿਨਾ ਮੀਂਹ ਪਾਏ ਤੋਂ ਹੀ ਲੰਘ ਰਹੇ ਨੇ ਤੇ ਮੌਸਮ ਵਿਭਾਗ ਮੁਤਾਬਕ ਅਗਲੇ 10 ਦਿਨਾਂ ਤੱਕ ਹਿਮਾਚਲ ਵਿੱਚ ਬਰਫਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ। ਪੰਜਾਬ ਦੇ ਵਿੱਚ ਠੰਡ ਲੱਗਣ ਕਾਰਨ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ। ਬਲਾਚੌਰ ਮਹਿੰਦੀਪੁਰ ਸੜਕ ਤੇ ਸਥਿਤ ਬੱਸ ਸਟਾਪੇਜ ਸ਼ੈੱਡ ਤੋਂ ਇਸ ਦੀ ਦੇਹ ਮਿਲੀ। ਪਛਾਣ ਸੁਰਿੰਦਰ ਵਜੋਂ ਹੋਈ ਹੈ ਜੋ ਕਿ ਬਲਾਚੌਰ ਦੇ ਮਹਿੰਦੀਪੁਰ ਦਾ ਹੀ ਰਹਿਣ ਵਾਲਾ ਸੀ।